अज इश्तहार पढ़िया एक कि आईलेट्स पास लड़की की लोड़ है, लड़का चाहिए, खर्चा लड़के वाले करनगे। ये ते गल करांगे, सड़कां ते मौत नच रही है, इहदे उत्ते भी गलबात करनी जरूरी है। तो फोकी चौधर एक निगुणे जे चौधरी ने अपने आप नूं समझदे किवें एक व्यक्ति नाल बुरा घिनौना काम किया, उहदे उत्ते गलबात करांगे। सब तो पहला यह कोई प्रवास है जिहड़ा पहली बार नहीं होया, प्रवास जिहड़ा है ये लंबे समय तो वख-वख देशां दे विच चलदा आ रहा कि अपनी जिंदगी बसर करन लई चंगे सुपनियां दे नाल लोक बाहर जांदे ने, पर जो बेवसी जां मजबूरी वस कोई बाहरले मुल्कां नूं जांदा है तां बड़ी दुख की गल है। अज मैं थोड़े नाल अंकड़ियां दे नाल गलबात करांगा कि पिछले 12 सालां दे विच 16,63,440 लोगों ने जिहड़ी भारतीय नागरिकता जिहड़ी ਉਹ ਛੱਡ ਦਿੱਤੀ ਹੈ। ਭਾਰਤੀ ਨਾਗਰਿਕਤਾ ਛੱਡਣ ਦੇ ਵਿੱਚ ਸਭ ਤੋਂ ਵੱਧ ਜਿਹੜੇ ਲੋਕ ਵਾਸੇ ਨੇ ਉਹ ਜਾ ਕੇ ਅਮੈਰੀਕਾ ਯੂਨਾਈਟਿਡ ਨੇਸ਼ਨ ਦੇ ਵਿੱਚ UN USA ਦੇ ਵਿੱਚ ਵਸੇ ਨੇ, ਜਾ ਕੇ ਅਮਰੀਕਾ ਦੇ ਵਿੱਚ, ਅਮਰੀਕਾ 'ਚ ਵਸੇ ਲੋਕਾਂ ਦੀ ਗਿਣਤੀ 27 ਲੱਖ ਹੈ ਅਤੇ UAE ਦੇ ਵਿੱਚ ਵਸੇ ਲੋਕਾਂ ਦੀ ਗਿਣਤੀ ਜਿਹੜੀ ਹੈ 25 ਲੱਖ ਹੈ ਅਤੇ ਸਾਊਦੀ ਅਰਬ 'ਚ ਵੀ 25 ਲੱਖ ਹੈ ਅਤੇ ਜਿਹੜੇ NRI ਨੇ ਉਹ ਟੋਟਲ ਜਿਹੜੀ ਗਿਣਤੀ ਉਹਨਾਂ ਦੀ 3,20,00,000 ਤੋਂ ਵੱਧ ਹੈ। ਇਹ ਡਾਟਾ ਜਿਹੜਾ 2020 ਦੇ ਸਰਵੇ ਦੇ ਵਿੱਚ ਆਇਆ। ਪੰਜਾਬ ਦੇ ਵਿੱਚੋਂ ਰੋਜ਼ ਲਗਭਗ ਹਰ ਮਤਲਬ ਕਿ ਸਾਲ ਦੇ ਵਿੱਚ ਜਿਹੜਾ ਪੰਜਾਬ ਪਿਛਲੇ ਸਾਲ ਦੇ ਵਿੱਚ 1.5 ਲੱਖ ਸਟੂਡੈਂਟ ਜਿਹੜੇ ਨੇ ਇਕੱਲੇ ਕਨੇਡਾ ਗਏ ਨੇ। ਕਿਉਂ ਜਾ ਰਹੇ ਨੇ? ਜਿਹੜੇ ਹੁਨਰ ਵਾਲੀਆਂ ਜਿਹੜੀਆਂ ਨੌਕਰੀਆਂ ਨੇ, ਡਾਕਟਰੀ ਹੋ ਗਈ, BTECH, MTECH ਕਰਕੇ ਜਿੰਨੇ ਕਾਲਜਾਂ ਦੇ ਵਿੱਚੋਂ ਵਿਦਿਆਰਥੀ ਨਿਕਲਦੇ ਨੇ ਹਰ ਸਾਲ, ਉਹਨਾਂ 'ਚੋਂ 1/3 ਮਤਲਬ 30% ਲੋਕਾਂ ਨੂੰ ਵੀ ਰੁਜ਼ਗਾਰ ਹੈ ਜਿਹੜਾ ਉਹ ਇੱਥੇ ਨਹੀਂ ਮਿਲਦਾ। ਇਸ ਕਰਕੇ ਲੋਕ ਜਿਹੜੇ ਨੇ ਉਹ ਬਾਹਰ ਦਾ ਰੁੱਖ ਕਰਦੇ ਜਾ ਰਹੇ ਨੇ। ਰੁੱਖ ਕਿਸੇ ਦੀ ਮਤਲਬ ਕਿ ਖੁਸ਼ੀ ਨਹੀਂ ਹੈਗੀ ਕਿ ਆਪਣੀ ਧਰਤੀ ਤੋਂ ਦੂਸਰੇ ਮੁਲਕਾਂ ਦੇ ਵਿੱਚ ਜਾ ਕੇ ਇੰਨਾ ਇੰਨਾ ਪੜ੍ਹ ਕੇ ਉੱਤੋਂ ਥੱਬਾ ਪੈਸਿਆਂ ਦਾ ਲਾ ਕੇ ਬਾਹਰਲੇ ਮੁਲਕਾਂ ਦੇ ਹੋਟਲਾਂ ਦੇ ਵਿੱਚ ਟੂਲ ਟੈਕਸ ਟੂਲਾਂ ਦੇ ਉੱਤੇ ਜਾਂ ਢਾਬਿਆਂ ਦੇ ਉੱਤੇ ਬਾਹਰਲੇ ਮੁਲਕਾਂ 'ਚ ਜਾ ਕੇ ਭਾਂਡੇ ਮਾਂਜਣ, ਇੱਥੋਂ BTECH MTECH ਕਰੇ ਹੋਏ, ਡਾਕਟਰੀ ਕਰੀ ਹੋਈ, PhDਆਂ ਕਰੀ ਹੋਈ ਬੱਚੇ ਕਿਉਂ ਜਾ ਰਹੇ ਨੇ? ਕਿਉਂਕਿ ਪੰਜਾਬ ਜਿਹੜਾ ਉਹ ਸੁਰੱਖਿਅਤ ਨਹੀਂ ਰਿਹਾ। ਪੰਜਾਬ ਹੁਣ ਸੁਰੱਖਿਆ ਦੇ ਨਜ਼ਰ ਤੋਂ ਜਮ੍ਹਾਂ ਵਿਹੂਣਾ ਹੁੰਦਾ ਜਾ ਰਿਹਾ। ਇੱਥੇ ਕੋਈ ਨਹੀਂ ਪਤਾ ਤੁਹਾਨੂੰ ਕਦੋਂ ਕੋਈ ਗੋਲੀ ਮਾਰ ਦੇਵੇ, ਕੋਈ ਨਹੀਂ ਪਤਾ ਕਦੋਂ ਕੀ ਤੁਹਾਡੇ ਤੋਂ ਲੁੱਟਿਆ ਜਾਵੇ, ਕਦੋਂ ਤੁਸੀਂ ਕੁੱਟੇ ਜਾਓ, ਕਦੋਂ ਤੁਸੀਂ ਸੋਸ਼ਲ ਮੀਡੀਆ 'ਤੇ ਬੇਇੱਜ਼ਤੀ ਕਰ ਦਿੱਤੀ ਜਾਵੇ ਤੁਹਾਡੀ। ਇੱਥੇ ਕੋਈ ਨਹੀਂ ਪਤਾ। ਸੋਸ਼ਲ ਮੀਡੀਆ ਨੇ ਜਿੱਥੇ ਚੰਗੇ ਪੱਖ ਨੇ, ਮਾੜੇ ਪੱਖ ਉਸ ਤੋਂ ਜ਼ਿਆਦਾ ਨੇ। ਅੱਜ ਕੱਲ੍ਹ ਲੋਕ ਮਾੜੀ ਜਿਹੀ ਕੋਈ ਗੱਲ ਹੁੰਦੀ ਹੈ ਸੋਸ਼ਲ ਮੀਡੀਆ 'ਤੇ ਦੂਜੇ ਬੰਦੇ ਦੀ ਮਿੱਟੀ ਕੁੱਟਣ ਲੱਗੇ ਮਿੰਟ ਨਹੀਂ ਲਾਉਂਦੇ, 1 ਮਿੰਟ ਲੱਗਦਾ। ਤੁਸੀਂ ਸੋਸ਼ਲ ਮੀਡੀਆ 'ਤੇ ਵੀਡੀਓ ਪਾ ਦਿਓ ਕਿਸੇ ਦੀ ਇੱਜ਼ਤਦਾਰ ਬੰਦੇ ਦੀ, ਮਿੰਟ ਦੇ ਵਿੱਚ ਤੁਸੀਂ ਉਹਨੂੰ ਬਦਨਾਮ ਕਰ ਦਿਓ। ਇਹ ਬੜਾ ਰੁਝਾਨ ਵੱਧਦਾ ਜਾ ਰਿਹਾ ਜੋ ਕਿ ਗਲਤ ਹੈ। ਸਰਕਾਰਾਂ ਨੂੰ ਕੁਛ ਨਾ ਕੁਛ ਸੋਸ਼ਲ ਮੀਡੀਆ ਦੇ ਉੱਤੇ ਕਰਨਾ ਚਾਹੀਦਾ ਕਿ ਇੰਨੀ ਕੋਈ ਗੱਲ ਕਿਸੇ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਗੱਲ ਦਾ ਕੋਈ ਤੁਹਾਡੇ ਕੋਲ ਸਬੂਤ ਜਾਂ ਪੁਖਤਾ ਕੋਈ ਤੁਹਾਡੇ ਕੋਲ ਉਹਦਾ ਮਤਲਬ ਕਿ ਕੋਈ ਤੱਥ ਹੋਣੇ ਚਾਹੀਦੇ ਨੇ। ਬਿਨਾਂ ਤੱਥ ਤੋਂ, ਬਿਨਾਂ ਗੱਲ ਤੋਂ 5,000 ਦੇ ਮੋਬਾਈਲ ਦੇ ਨਾਲ ਤੁਸੀਂ ਕਿਸੇ ਬੰਦੇ ਦੀ ਸਾਰੀ ਜ਼ਿੰਦਗੀ ਦੀ ਕੀਤੀ ਕਰਾਈ ਤੁਸੀਂ ਮਿੱਟੀ 'ਚ ਪਾ ਦਿਓ, ਇਹ ਕਿੱਥੋਂ ਦਾ ਇਨਸਾਫ ਹੈ? ਕੋਈ ਵੀ ਬੰਦਾ, ਇੱਕ ਬੰਦੇ ਲਈ ਉਹ ਗਲਤ ਹੋ ਸਕਦਾ, ਬਾਕੀ ਸਮਾਜ ਲਈ ਉਹ ਸਹੀ ਹੈ। ਤਾਂ ਉਹ ਇੱਕ ਬੰਦਾ ਉਹਦੀ ਵੀਡੀਓ ਬਣਾ ਕੇ ਜਦੋਂ ਕਿਤੇ ਸੋਸ਼ਲ ਮੀਡੀਆ 'ਤੇ ਪਾ ਦਿੰਦਾ ਤਾਂ ਉਹਦੀ ਸਾਰੇ ਸਮਾਜ ਵਿੱਚ ਮਿੱਟੀ ਕੁੱਟੀ ਜਾਂਦੀ ਹੈ, ਜੋ ਕਿ ਬਹੁਤ ਗਲਤ ਗੱਲ ਹੈ। ਇਸ ਤਰ੍ਹਾਂ ਹੀ ਇੱਕ ਫੋਕੇ ਚੌਧਰੀ ਨੇ, ਇਹ ਪਿੰਡ ਫਲੋਰ ਦੇ ਵਿੱਚ, ਫਲੋਰ ਇਲਾਕੇ ਦਾ ਇੱਕ ਪਿੰਡ ਹੈ, ਤੁਹਾਨੂੰ ਮੈਂ ਪਿੰਡ ਦਾ ਨਾਂ ਦੱਸ ਦਿੰਦਾ। ਪਿੰਡ ਦਾ ਨਾਂ ਹੈ ਛੋਟੀਪਾਲ 9, ਪਿੰਡ ਦਾ ਨਾਂ ਹੈ। ਉੱਥੇ ਇੱਕ ਪ੍ਰਵਾਸੀ ਮਜ਼ਦੂਰ ਨੂੰ 35,000 ਰੁਪਇਆ ਉਹਨੇ ਐਡਵਾਂਸ ਲੈ ਲਿਆ। ਉਹ ਪਿੰਡ ਦਾ ਪੰਚ ਹੈ, ਕੋਈ ਪੰਚ ਦਾ ਨਾਮ ਮਨਵੀਰ ਸਿੰਘ ਹੈ, ਕੋਈ ਪੰਚ ਹੈ ਪਿੰਡ ਦਾ, ਉਹਦਾ ਨਾਮ ਮਨਵੀਰ ਸਿੰਘ ਹੈ। ਉਹ ਪੰਚ ਨੇ 35,000 ਰੁਪਇਆ ਲੈ ਕੇ ਐਡਵਾਂਸ, ਜਿਹੜਾ ਉਹ ਪ੍ਰਵਾਸੀ ਉਹ ਕਿਤੇ ਚਲਾ ਗਿਆ ਜਾਂ ਕੁਛ ਹੋਇਆ, ਉਹਨੇ ਉਹਨੂੰ ਪੁੱਠਾ ਲਟਕਾ ਕੇ ਕੁੱਟਿਆ ਪਹਿਲਾਂ, ਫਿਰ ਉਹਨੂੰ ਲੱਤਾਂ ਤੋਂ ਫੜ ਕੇ ਉਹਨੂੰ ਪੁੱਠਾ ਲਟਕਾ ਤਾ, ਉਹਦੀ ਮਾਰ ਕਟਾਈ ਕੀਤੀ। ਜਦੋਂ ਤੱਕ ਉਹਦੇ ਅੱਖਾਂ ਦੇ ਵਿੱਚੋਂ, ਨੱਕਾਂ ਦੇ ਵਿੱਚੋਂ, ਮੂੰਹ 'ਚੋਂ ਖੂਨ ਨਹੀਂ ਆ ਗਿਆ, ਉਦੋਂ ਤੱਕ ਉਹ ਉਹਨੂੰ ਪੁੱਠਾ ਲਟਕਾ ਹੀ ਰੱਖਿਆ। ਹੁਣ ਇਹਨੂੰ ਪੁਲਿਸ ਨੇ ਫੜ ਲਿਆ, ਮਨਵੀਰ ਸਿੰਘ ਨੂੰ। ਪਰ ਦੇਖੋ ਸਾਡੀ ਸੋਚ, ਉਹ ਵੀਡੀਓ ਕਾਲ ਉਹਦੇ ਪਰਿਵਾਰ ਨੂੰ ਕਰ ਰਿਹਾ, ਦਿਖਾ ਰਿਹਾ ਕਿ ਮੈਂ ਤੁਹਾਡੇ ਮੁੰਡੇ ਨੂੰ ਪੁੱਠਾ ਲਟਕਾਤਾ, ਤੁਸੀਂ 35,000 ਰੁਪਇਆ ਮੈਨੂੰ ਭੇਜੋ, ਫਿਰ ਮੈਂ ਇਹਨੂੰ ਮਤਲਬ ਕਿ ਛੱਡਾਂਗਾ। ਉਹ ਪ੍ਰਵਾਸੀ
ਜਿਹੜਾ ਜਿਨ੍ਹਾਂ ਦਾ ਬੱਚਾ ਐਡਾ ਪੁੱਠਾ ਲਟਕਾ ਕੇ ਜਿਹਦੀ ਇਸ ਤਰ੍ਹਾਂ ਦੀ ਹਾਲਤ ਕੀਤੀ ਹੈ, ਉਹਦੇ ਮਾਂ ਬਾਪ 'ਤੇ ਕੀ ਗੁਜਰੀ ਹੋਏਗੀ ਵੀਡੀਓ ਕਾਲ ਦੇਖ ਕੇ। ਇਹ ਸਾਡੀ ਮਾਨਸਿਕਤਾ ਹੋ ਗਈ ਹੈ। ਇਹ ਫੋਕੀ ਚੌਧਰ, ਜਿਹੜੀ ਫੋਕੀ ਚੌਧਰ ਦੇ ਮਾਰੇ ਹੋਏ ਅਸੀਂ ਕਿਸੇ ਵੀ ਹੱਦ ਤੱਕ ਉੱਤਰਨ ਲਈ ਤਿਆਰ ਹੋ ਜਾਂਦੇ ਹਾਂ। ਅਸੀਂ ਇੱਡੀ ਫੋਕੀ ਚੌਧਰ ਨੂੰ ਅਸੀਂ ਪਤਾ ਹੀ ਨਹੀਂ ਕਿਹੜੇ ਸਾਡਾ ਸਮਾਜ ਕਿੱਧਰ ਨੂੰ ਗਰਕਦਾ ਜਾ ਰਿਹਾ, ਕੀ ਹੁੰਦਾ ਜਾ ਰਿਹਾ ਸਾਡੇ ਸਮਾਜ ਦੇ ਵਿੱਚ। ਬਸ ਇੱਕ ਪਤਾ ਨਹੀਂ ਫੋਨ ਨੇ ਜਾਂ ਸਾਨੂੰ ਕਿਸ ਤਰ੍ਹਾਂ ਮਤਲਬ ਕਿ ਸਾਨੂੰ ਇਹਦੇ ਵਿੱਚ ਗਰਕ ਕਰਤਾ। ਉਸ ਤੋਂ ਬਾਅਦ ਜਿਹੜੀ ਗੱਲ ਹੈ, ਆਪਾਂ ਜਿਹੜੀ ਗੱਲ ਕਰਨੀ ਹੈ, ਸੜਕਾਂ ਦੇ ਉੱਤੇ ਮੌਤ ਜਿਹੜੀ ਹੈ ਉਹ ਨੱਚਦੀ ਹੈ ਹਰ ਰੋਜ਼। ਪੰਜਾਬ ਦੀ ਜੇ ਆਪਾਂ ਗੱਲ ਕਰ ਲਈਏ, ਹਰ ਰੋਜ਼ 4 ਤੋਂ 7 ਵਿਅਕਤੀ ਜਿਹੜੇ ਨੇ ਉਹ ਐਕਸੀਡੈਂਟਾਂ ਦੇ ਨਾਲ ਮਾਰੇ ਜਾਂਦੇ ਨੇ। ਪਰ ਇੱਥੇ ਭਗਵੰਤ ਮਾਨ ਸਾਹਿਬ ਨੇ ਇੱਕ ਚੰਗਾ ਉਪਰਾਲਾ ਕਰਦੇ ਹੋਏ ਇੱਕ ਸਪੈਸ਼ਲ ਟਾਸਕ ਫੋਰਸ ਜਿਹੜੀ ਹੈ ਬਣਾਉਣ ਦੀ, ਸੜਕ ਹਾਦਸਿਆਂ ਦੇ ਉੱਤੇ ਸੜਕ ਸੁਰੱਖਿਆ ਬਲ ਬਣਾਉਣ ਦਾ ਜਿਹੜਾ ਉਪਰਾਲਾ ਜਿਹੜਾ ਕਰ ਰਹੇ ਨੇ ਉਹਦੇ ਵਿੱਚ ਚੰਗਾ ਕਦਮ ਹੈ। 1300 ਮੁਲਾਜ਼ਮ ਜਿਹੜੇ ਨੇ ਉਹ 'ਚ ਨਿਯੁਕਤ ਕਰ ਰਹੇ ਨੇ, ਉਹਨਾਂ ਦੀ ਵੱਖਰੀ ਵਰਦੀ ਬਣਾਈ ਜਾ ਰਹੀ ਹੈ ਕਿ ਪਤਾ ਲੱਗੇ ਸੜਕ ਸੁਰੱਖਿਆ ਬਲ ਜਿਹੜਾ ਉਸ ਸੜਕ ਦੇ ਉੱਤੇ ਤੈਨਾਤ ਕੀਤਾ ਜਾਏਗਾ ਤਾਂ ਜੋ ਜਿਹੜੇ ਹਾਦਸੇ ਨੇ ਇਹਨਾਂ ਦੀ ਗਿਣਤੀ ਘਟਾਈ ਜਾ ਸਕੇ। ਜੇ ਮੈਂ ਮੌਤਾਂ ਦੀ ਗਿਣਤੀ ਦੀ ਗੱਲ ਕਰ ਲਾਂ 2018 ਤੋਂ, 2018 ਦੇ ਵਿੱਚ 4740 ਲੋਕਾਂ ਦੀ ਮੌਤ ਹੋਈ ਹੈ, 2019 ਦੇ ਵਿੱਚ 4525 ਲੋਕਾਂ ਦੀ ਮੌਤ ਹੋਈ ਹੈ, 2020 ਦੇ ਵਿੱਚ 3898 ਲੋਕਾਂ ਦੀ ਮੌਤ ਹੋਈ ਹੈ ਅਤੇ 2021 ਦੇ ਵਿੱਚ 4599 ਲੋਕਾਂ ਦੀ ਮੌਤ ਹੋਈ ਹੈ। ADGP ਟ੍ਰੈਫਿਕ ਨੇ ਜਿਹੜੇ AS ਰਾਏ ਸਾਹਿਬ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਯੂਨੀਫਾਰਮ ਬਣ ਰਹੀ ਹੈ, ਜਲਦੀ ਹੀ ਹੋ ਸਕਦਾ 15 ਅਗਸਤ ਤੋਂ ਪਹਿਲੇ ਸੜਕ ਸੁਰੱਖਿਆ ਬਲ ਜਿਹੜਾ ਉਹ ਤੈਨਾਤ ਕਰ ਦਿੱਤਾ ਜਾਵੇ। ਇਹ ਜਿਹੜਾ ਸਰਕਾਰ ਦਾ ਜਿਹੜਾ ਉਪਰਾਲਾ ਹੈ ਇਹਦੀ ਅਸੀਂ ਸ਼ਲਾਘਾ ਕਰਦੇ ਹਾਂ। ਇਹ ਜਿਹੜਾ ਉਪਰਾਲਾ ਸਰਕਾਰ ਨੇ ਕੀਤਾ ਬਹੁਤ ਸ਼ਲਾਘਾਯੋਗ ਹੈ। ਧੰਨਵਾਦ।